ਇਹ ਤਸਵੀਰਾਂ ਕਿਸੇ ਹੋਰ ਸੂਬੇ ਦੀਆਂ ਨਹੀਂ ਸਗੋਂ ਪੰਜਾਬ ਦੀਆਂ ਨੇ, ਜਿੱਥੇ ਲੁਟੇਰਿਆਂ ਦੇ ਵੱਲੋਂ ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਐਕਟਿਵਾ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਇੱਕ ਮਹਿਲਾ ਦਾ ਪਰਸ ਖੋਹਿਆ ਗਿਆ। ਜਦੋਂ ਮਹਿਲਾ ਨੇ ਪਰਸ ਨਹੀਂ ਛੱਡਿਆ ਤਾਂ ਇਹਨਾਂ ਲੁਟੇਰਿਆਂ ਨੇ 20 ਮੀਟਰ ਤੱਕ ਉਸਦਾ ਘੜੀਸਾ ਪਾ ਦਿੱਤਾ। ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ। ਇਸ ਤਰੀਕੇ ਦੇ ਨਾਲ ਪਰਸ ਖੋਹਣ ਦੇ ਲਈ ਇਹ ਲੁਟੇਰੇ ਜਦੋਂ ਜਹਿਦ ਕਰਦੇ ਨੇ ਔਰ ਮਹਿਲਾ ਪਰਸ ਨਹੀਂ ਛੱਡਦੀ, ਇਸ ਕਰਕੇ ਐਕਟਿਵਾ ਦੇ ਪਿੱਛੇ ਬੈਠਾ ਲੁਟੇਰਾ ਇਸ ਮਹਿਲਾ ਨੂੰ ਪਰਸ ਦੇ ਸਣੇ ਘੜੀਸਦਾ ਰਿਹਾ, ਜੋ ਕਿ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ। ਇਹ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਸੂਰਜ ਢਲਦੇ ਹੀ ਲੁਟੇਰੇ ਸੜਕਾਂ ਤੇ ਸ਼ਿਕਾਰ ਲੱਭਣ ਲੱਗ ਪਏ। ਜਲੰਧਰ ਦੀ ਪੌਸ਼ ਕਲੋਨੀ ਮੋਤਾ ਸਿੰਘ ਨਗਰ ਦੀ ਇਹ ਵੀਡੀਓ ਹੈ। ਕਰੀਬ ਸ਼ਾਮ 7 ਵਜੇ ਦੀ ਇਹ ਵਾਰਦਾਤ ਹੈ। ਕਾਫੀ ਸਮਾਂ ਬਜ਼ੁਰਗ ਮਹਿਲਾ ਸੜਕ ਤੇ ਤੜਫਦੀ ਰਹੀ। ਜਿੰਨਾ ਸਮਾਂ ਇਹ ਲੁੱਟ ਹੁੰਦੀ ਰਹੀ ਉਨਾ ਸਮਾਂ ਕੁਦਰਤੀ ਤੌਰ ਤੇ ਸੜਕ ਤੇ ਨਾ ਤਾਂ ਕੋਈ ਵਾਹਨ ਆਇਆ ਨਾ ਹੀ ਕੋਈ ਸ਼ਖਸ। ਇਹ ਮਹਿਲਾ ਦਾ ਪਰਸ ਲੁੱਟ ਕੇ ਦੋ ਲੁਟੇਰੇ ਫਰਾਰ ਹੋ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਬਜ਼ੁਰਗ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਏ ਔਰ ਇਹ ਮਹਿਲਾ ਸੜਕ ਤੇ ਤੜਫਦੀ ਰਹੀ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਫਿਲਹਾਲ ਇਸ ਲੁੱਟ ਦੀ ਸ਼ਿਕਾਇਤ ਪੁਲਿਸ ਦੇ ਕੋਲ ਪਹੁੰਚ ਗਈ। ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਪੁਲਿਸ ਨੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੇਖੋ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਜੋ ਕਿ ਪਰਸ ਨਹੀਂ ਛੱਡਦੀ, ਤਾਂ ਇਸ ਮਹਿਲਾ ਨੂੰ ਲੁਟੇਰਿਆਂ ਦੇ ਵੱਲੋਂ 20 ਮੀਟਰ ਤੱਕ ਘੜੀਸਾ ਪਾਇਆ ਗਿਆ, ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਇਹ ਤਸਵੀਰਾਂ ਕਿਸੇ ਹੋਰ ਸੂਬੇ ਦੀਆਂ ਨਹੀਂ ਸਗੋਂ ਪੰਜਾਬ ਦੀਆਂ ਨੇ, ਜਿੱਥੇ ਲੁਟੇਰਿਆਂ ਦੇ ਵੱਲੋਂ ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਐਕਟਿਵਾ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਇੱਕ ਮਹਿਲਾ ਦਾ ਪਰਸ ਖੋਹਿਆ ਗਿਆ। ਜਦੋਂ ਮਹਿਲਾ ਨੇ ਪਰਸ ਨਹੀਂ ਛੱਡਿਆ ਤਾਂ ਇਹਨਾਂ ਲੁਟੇਰਿਆਂ ਨੇ 20 ਮੀਟਰ ਤੱਕ ਉਸਦਾ ਘੜੀਸਾ ਪਾ ਦਿੱਤਾ। ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ। ਇਸ ਤਰੀਕੇ ਦੇ ਨਾਲ ਪਰਸ ਖੋਹਣ ਦੇ ਲਈ ਇਹ ਲੁਟੇਰੇ ਜਦੋਂ ਜਹਿਦ ਕਰਦੇ ਨੇ ਔਰ ਮਹਿਲਾ ਪਰਸ ਨਹੀਂ ਛੱਡਦੀ, ਇਸ ਕਰਕੇ ਐਕਟਿਵਾ ਦੇ ਪਿੱਛੇ ਬੈਠਾ ਲੁਟੇਰਾ ਇਸ ਮਹਿਲਾ ਨੂੰ ਪਰਸ ਦੇ ਸਣੇ ਘੜੀਸਦਾ ਰਿਹਾ, ਜੋ ਕਿ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ। ਇਹ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਸੂਰਜ ਢਲਦੇ ਹੀ ਲੁਟੇਰੇ ਸੜਕਾਂ ਤੇ ਸ਼ਿਕਾਰ ਲੱਭਣ ਲੱਗ ਪਏ। ਜਲੰਧਰ ਦੀ ਪੌਸ਼ ਕਲੋਨੀ ਮੋਤਾ ਸਿੰਘ ਨਗਰ ਦੀ ਇਹ ਵੀਡੀਓ ਹੈ। ਕਰੀਬ ਸ਼ਾਮ 7 ਵਜੇ ਦੀ ਇਹ ਵਾਰਦਾਤ ਹੈ। ਕਾਫੀ ਸਮਾਂ ਬਜ਼ੁਰਗ ਮਹਿਲਾ ਸੜਕ ਤੇ ਤੜਫਦੀ ਰਹੀ। ਜਿੰਨਾ ਸਮਾਂ ਇਹ ਲੁੱਟ ਹੁੰਦੀ ਰਹੀ ਉਨਾ ਸਮਾਂ ਕੁਦਰਤੀ ਤੌਰ ਤੇ ਸੜਕ ਤੇ ਨਾ ਤਾਂ ਕੋਈ ਵਾਹਨ ਆਇਆ ਨਾ ਹੀ ਕੋਈ ਸ਼ਖਸ। ਇਹ ਮਹਿਲਾ ਦਾ ਪਰਸ ਲੁੱਟ ਕੇ ਦੋ ਲੁਟੇਰੇ ਫਰਾਰ ਹੋ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਬਜ਼ੁਰਗ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਏ ਔਰ ਇਹ ਮਹਿਲਾ ਸੜਕ ਤੇ ਤੜਫਦੀ ਰਹੀ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਫਿਲਹਾਲ ਇਸ ਲੁੱਟ ਦੀ ਸ਼ਿਕਾਇਤ ਪੁਲਿਸ ਦੇ ਕੋਲ ਪਹੁੰਚ ਗਈ। ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਪੁਲਿਸ ਨੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੇਖੋ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਜੋ ਕਿ ਪਰਸ ਨਹੀਂ ਛੱਡਦੀ, ਤਾਂ ਇਸ ਮਹਿਲਾ ਨੂੰ ਲੁਟੇਰਿਆਂ ਦੇ ਵੱਲੋਂ 20 ਮੀਟਰ ਤੱਕ ਘੜੀਸਾ ਪਾਇਆ ਗਿਆ, ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।